ਸਤਿ ਸ੍ਰੀ ਅਕਾਲ ਸਾਥੀਓ, ਆਮ ਕੇਡਰ, ETT, ਟੈਟ ਪਾਸ, ਯੂਨੀਅਨ। ਸਾਥੀਓ, 23, 64 ਔਰ 66, 35 ਰਿਲੇਟਿਡ ਜੋ ਵੀ ਸਾਥੀ ਜੁੜਿਆ ਹੋਇਆ ਉਹਨੂੰ ਸਾਰੀਆਂ ਗੱਲਾਂ ਪਤਾ ਹੀ ਹੈ ਵੀ ਕੀ ਚੱਲ ਰਿਹਾ। ਤਾਂ ਮੈਂ ਹੁਣ ਪੁਰਾਣੀਆਂ ਗੱਲਾਂ ਰਿਪੀਟ ਨਹੀਂ ਕਰਾਂਗਾ, ਅੱਗੇ ਬਾਰੇ ਤੁਹਾਨੂੰ ਦੱਸਦਾ ਜਾਂ ਥੋੜ੍ਹੀ ਜਾਣਕਾਰੀ ਸ਼ੇਅਰ ਕਰਦਾ। ਸਾਥੀਓ, ਆਪ ਸਭ ਨੂੰ ਪਤਾ ਹੀ ਹੈ ਕਿ 66, 35 ਦੇ ਜੋ ਸਟੇ ਹੋਇਆ ਉਹਦੀ ਤਰੀਕ ਜਿਹੜੀ ਹੈ ਉਹ 2 ਦਸੰਬਰ ਨੂੰ ਪਈ ਹੋਈ ਹੈ। ਜੇਕਰ ਸਾਥੀਓ 2 ਦਸੰਬਰ ਤੋਂ ਬਾਅਦ ਵੀ ਇੱਕ ਤਰੀਕ ਹੋਰ ਪੈਂਦੀ ਹੈ ਤਾਂ ਤੁਹਾਨੂੰ ਪਤਾ ਹੀ ਹੈ ਕਿ ਮਾਣਯੋਗ ਹਾਈ ਕੋਰਟ ਦੇ ਵਿੱਚ 21-22 ਤਰੀਕ ਤੋਂ ਬਾਅਦ ਛੁੱਟੀਆਂ ਹੋਣ ਜਾ ਰਹੀਆਂ ਜੋ ਹਰ ਸਾਲ ਹੁੰਦੀਆਂ, ਅਤੇ ਉਸ ਤੋਂ ਬਾਅਦ 2-3 ਤਰੀਕ ਨੂੰ ਜਨਵਰੀ ਮਹੀਨੇ ਕੋਰਟ ਖੁੱਲ੍ਹੇਗੀ, ਅਤੇ ਜਸਟ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਪਤਾ ਹੈ ਕਿ ਚੋਣ ਜ਼ਾਬਤਾ ਲੱਗ ਜਾਣਾ। ਸੋ ਆਪਣੀਆਂ ਪੋਸਟਾਂ ਠੰਡੇ ਰਸਤੇ 'ਤੇ ਪਹਿਲਾਂ ਹੀ ਪੈ ਚੁੱਕੀਆਂ। ਜੇ ਇਹ 2 ਗੱਲਾਂ ਹੋਰ ਹੋ ਗਈਆਂ, 1 ਤਰੀਕ ਅੱਗੇ ਪੈ ਗਈ, ਹਾਈਕੋਰਟ ਦੇ ਵਿੱਚ ਛੁੱਟੀਆਂ ਹੋ ਗਈਆਂ, ਚੋਣ ਜ਼ਾਬਤਾ ਲੱਗ ਗਿਆ, ਤਾਂ ਇਹ ਪੋਸਟਾਂ ਵੀ ਬਰਫ਼ 'ਚ ਹੀ ਲੱਗ ਜਾਣਗੀਆਂ। ਸਾਥੀਓ, ਆਪ ਸਭ ਨੂੰ ਬੇਨਤੀ ਹੈ, ਹਰ ਇੱਕ ETT ਟੈਟ ਪਾਸ ਸਾਥੀ ਘਰੋਂ ਨਿਕਲੋ। ਇਹ ਨਾ ਸੋਚੋ ਮੇਰਾ ਨੰਬਰ ਨਹੀਂ ਆਏਗਾ, ਇਹ ਨਾ ਸੋਚੋ ਮੇਰੇ ਨੰਬਰ ਬਹੁਤ ਹੈ। ਬਹੁਤ ਨੰਬਰ ਵਾਲਿਆਂ ਨੂੰ ਇਸ ਲਈ ਨਿਕਲਣਾ ਚਾਹੀਦਾ ਹੈ ਕਿ 23-64 ਵਿੱਚ ਹਾਈ ਮੈਰਿਟ ਵਾਲੇ ਕੁਛ ਸਾਥੀਆਂ ਨੇ ਗਲਤੀ ਕੀਤੀ ਸੀ ਵੀ ਸਾਡਾ ਨੰਬਰ ਤਾਂ ਆ ਹੀ ਜਾਣਾ, ਸਾਨੂੰ ਜਾਣ ਦੀ ਕੀ ਲੋੜ ਹੈ, ਸਾਨੂੰ ਧਰਨੇ ਰੈਲੀਆਂ ਦੀ ਕੀ ਲੋੜ ਹੈ। ਤਾਂ ਇਹ ਗੱਲ ਉਹਨਾਂ ਤੋਂ ਸਿੱਖੋ। ਦੂਸਰੀ ਗੱਲ, ਕਹਿੰਦੇ ਵੀ ਮੈਰਿਟ ਡਾਊਨ ਨਹੀਂ ਆਏਗੀ, ਤਾਂ ਫਿਲਟਰ ਬਹੁਤ ਲੱਗਣੇ ਹੈ। ਇਸ ਲਈ ਜਿਹੜੀ ਮੈਰਿਟ ਹੈ ਉਹ ਬਹੁਤ ਥੱਲੇ ਤੱਕ ਆਵੇਗੀ, BEd ਵੀ ਬਾਹਰ ਜਾਏਗੀ, ਹੋਰ ਵੀ ਕਈ ਗੱਲਾਂ ਹੁੰਦੀਆਂ ਜੋ ਆਪ ਸਭ ਨੂੰ ਪਤਾ ਹੀ ਹੈ ਕਿ ਹਰ ਭਰਤੀ 'ਚ ਤੁਸੀਂ ਦੇਖ ਲਓ ਜੋ ਆਪਾਂ ਅਨੁਮਾਨ ਲਗਾਉਂਦੇ ਹਾਂ ਉਸ ਤੋਂ 8-10 ਨੰਬਰ ਥੱਲੇ ਤੱਕ ਮੈਰਿਟ ਆਉਂਦੀ ਹੈ। ਤਾਂ ਸਾਰੇ ਸਾਥੀਆਂ ਨੂੰ ਬੇਨਤੀ ਹੈ, 15 ਜਾਂ 20 ਦਿਨ ਜਿਹੜੇ ਹੈਗੇ ਇਹਨਾਂ ਨੂੰ ਸਹੀ ਰੂਪ ਨਾਲ ਇਹਨਾਂ ਦਿਨਾਂ ਦੀ ਵਰਤੋਂ ਕਰੋ। ਹਰ ਇੱਕ ਸਾਥੀ ਆਪਣੇ ਘਰੋਂ ਨਿਕਲੋ, ਕੋਸ਼ਿਸ਼ ਕਰੋ ਧਰਨੇ ਜਾਂ ਰੈਲੀਆਂ 'ਤੇ ਆਪਣੀਆਂ ਪਰਸਨਲ ਗੱਡੀਆਂ ਜਾਂ ਕਿਰਾਏ 'ਤੇ ਕਰੂਜਰਾਂ ਬੱਸਾਂ ਲੈ ਕੇ ਨਾ ਜਾਓ। ਤੁਸੀਂ ਸਾਰਵਜਨਿਕ ਸਾਧਨਾਂ 'ਤੇ ਜਾਓ, ਉੱਥੇ 2 ਦਿਨ 3 ਦਿਨ 10 ਦਿਨ ਜਿੰਨੇ ਵੀ ਦਿਨ ਲੱਗਦੇ ਹੈ ਲਾਓ। ਆਪਣੇ ਕੋਲ ਸਿਰਫ ਔਰ ਸਿਰਫ 20 ਦਿਨ ਦਾ ਹੀ ਸਮਾਂ ਹੈ, ਕੋਸ਼ਿਸ਼ ਇਹੀ ਕੀਤੀ ਜਾਵੇ। ਪ੍ਰਧਾਨ ਸਾਹਿਬ ਸ਼੍ਰੀ ਦੀਪਕ ਕੁਮਾਰ ਜੀ ਔਰ ਸੰਦੀਪ ਸ਼ਾਮਾ ਜੀ ਔਰ ਜਿੰਨੇ ਵੀ ਸਾਥੀ ਯੂਨੀ ਨਾਲ ਜੁੜੇ ਹੋਏ ਹੈ, ਸਭ ਨੂੰ ਇਹੀ ਬੇਨਤੀ ਹੈ ਕਿ ਭਰਤੀ ਪ੍ਰਕਿਰਿਆ ਸ਼ੁਰੂ ਕਰਵਾਉਣ ਦੀ ਸਭ ਤੋਂ ਪਹਿਲਾਂ ਮੁੱਖ ਮੰਗ ਰੱਖੀ ਜਾਵੇ। ਉਸ ਤੋਂ ਬਾਅਦ ਜਿਵੇਂ ਜਿਵੇਂ ਮੈਰਿਟ ਥੱਲੇ ਆਉਂਦੀ ਰਹੇਗੀ ਆਪਾਂ ਹੋਰ ਜਿਹੜੇ ਹੈਗੇ ਕੋਸ਼ਿਸ਼ ਹੈ ਯਤਨ ਉਹ ਕਰਦੇ ਰਵਾਂਗੇ। ਤਾਂ ਸਾਰੇ ਸਾਥੀਆਂ ਨੂੰ ਬੇਨਤੀ ਹੈ, ਸਾਰੇ ਦੇ ਸਾਰੇ ਸਾਥੀ ਜਿਹੜੇ ਹੈ ਉਹ ਘਰੋਂ ਨਿਕਲੋ। ਇਹ 20 ਦਿਨ ਹੈ ਜਾਂ 25 ਦਿਨ ਹੈ, ਇਹ ਤੁਸੀਂ ਸਹੀ ਵਰਤੋਂ ਇਹਨਾਂ ਦਿਨਾਂ ਦੀ ਕਰਦੇ ਹੋ ਤਾਂ ਆਪਾਂ ਸਾਰੇ ਸਾਥੀ ਬਹੁਤ ਜਲਦੀ ਡਿਊਟੀਆਂ 'ਤੇ ਹੋਵਾਂਗੇ, ਆਪਣੀ ਭਰਤੀ ਪੂਰੀ ਹੋ ਜਾਏਗੀ। ਤਾਂ ਹਰ ਇੱਕ ਸਾਥੀ ਨੂੰ ਅਪੀਲ ਹੈ, ਜਿਹਦੇ ਨੰਬਰ ਵੱਧ ਹੈ ਉਹ ਸਭ ਤੋਂ ਅੱਗੇ ਖੜੇ, ਕਿਉਂਕਿ ਜੇ ਮੈਰਿਟ ਲਿਸਟ ਵਿੱਚ ਉਹ ਆਉਂਦੇ ਹੈ ਤਾਂ ਸਭ ਤੋਂ ਪਹਿਲਾਂ ਆਉਣਗੇ। ਜਿਹਦੇ ਨੰਬਰ ਘੱਟ ਹੈ ਉਹ ਬਾਈ ਵੀ ਸਭ ਤੋਂ ਅੱਗੇ ਖੜੇ, ਕਿਉਂਕਿ ਉੱਪਰਲੇ ਲੱਗਣਗੇ ਤਾਂ ਤੁਹਾਡੀ ਵਾਰੀ ਵੀ ਆਏਗੀ। ਧੰਨਵਾਦ ਸਾਥੀਓ। ਸੋ 20 ਦਿਨ ਗਿਣਤੀ ਦੇ ਨੇ ਜੀ, ਤੁਸੀਂ ਸੁਣੀ ਲਿਆ। ਅਤੇ 20 ਦਿਨਾਂ 'ਚ ਜੇਕਰ ਆਪਾਂ ਯੂਨਿਟੀ ਦਿਖਾਈਏ ਅਤੇ ਸੰਘਰਸ਼ ਦਾ ਹਿੱਸਾ ਬਣੀਏ, ਯੂਨੀਅਨ ਦਾ ਸਾਥ ਦੇਈਏ, ਅਤੇ ਭਰਤੀਆਂ ਇਹ ਜਿਹੜੀਆਂ ਨੇ ਸਿਰੇ ਚੜ੍ਹਨਗੀਆਂ। ਨਹੀਂ ਤਾਂ ਫਿਰ ਤੁਸੀਂ ਵੇਖ ਹੀ ਸਕਦੇ ਹੋ ਕਿ ਚੋਣ ਜ਼ਾਬਤਾ ਅਗਲੇ ਮਹੀਨੇ ਲੱਗ ਜਾਣਾ ਜੀ, ਉਸ ਤੋਂ ਬਾਅਦ ਫਿਰ ਇਹ ਜਿਹੜੀਆਂ ਭਰਤੀਆਂ ਦੋਨੇ ਠੰਡੇ ਬਸਤੇ ਵਿੱਚ ਪੈਣ ਨੂੰ ਤਿਆਰ ਨੇ, ਜਿਹੜੀ ਕਿ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਭਰਤੀਆਂ ਲਮਕਾਈਆਂ ਜਾਣ। ਅਤੇ ਇਹ ਭਰਤੀਆਂ ਫਿਰ ਸਮਝ ਲਓ ਕਿ ਫਿਰ ਜਾ ਕੇ ਅਗਲੇ ਸਾਲ ਜਿਹੜੇ ਆ ਵੋਟਾਂ ਤੋਂ ਬਾਅਦ ਜਿਹੜੀਆਂ ਨੇ ਨੇਪਰੇ ਚੜ੍ਹਨਗੀਆਂ। ਇਸ ਲਈ ਸੰਘਰਸ਼ ਦਾ ਹਿੱਸਾ ਬਣੋ ਜੀ, ਵੱਧ ਤੋਂ ਵੱਧ ਸਾਥ ਦਿਓ, ਏਕਾ ਬਣਾ ਕੇ ਰੱਖੋ, ਅਤੇ ਭਰਤੀਆਂ ਜਿਹੜੀਆਂ ਨੇ ਜ਼ਰੂਰ ਪੂਰੀਆਂ ਹੋਣਗੀਆਂ। ਸੋ ਕੱਲ੍ਹ ਦੇ ਪ੍ਰੋਟੈਸਟ ਦਾ ਹਿੱਸਾ ਬਣੋ ਜੀ, ਖਰੜ ਵਿਖੇ ਜਿਹੜਾ ਕੱਲ੍ਹ ਪ੍ਰੋਟੈਸਟ ਜਿਹੜਾ ਰੱਖਿਆ ਗਿਆ। ਸੋ ਯੂਨੀਅਨ ਦਾ ਸਾਥ ਦਿਓ, ਨੰਬਰ ਲੈਣ ਨਾਲ ਕੁਛ ਨਹੀਂ ਹੋਣਾ, ਜਿਹੜੇ ਨੰਬਰ ਸਾਥੀਆਂ ਦੇ ਨੰਬਰ ਨੇ ਕਿਸੇ 70+75+ ਫਾਇਦਾ ਤਾਂ ਹੈ ਜੀ ਜੇ ਭਰਤੀਆਂ ਕੰਪਲੀਟ ਹੋਣਗੀਆਂ। ਇਸ ਲਈ ਸਿਰਫ ਨੰਬਰਾਂ ਨਾਲ ਕੁਛ ਨਹੀਂ ਬਣਨਾ, ਹਿੱਸਾ ਬਣੋ ਜੀ ਪ੍ਰੋਟੈਸਟ ਦਾ, ਔਰ ਵੱਧ ਤੋਂ ਵੱਧ ਜਿਹੜਾ ਯੂਨੀਅਨ ਦਾ ਸਾਥ ਦਿਓ, ਯੂਨੀਅਨ 'ਤੇ ਜਿਹੜਾ ਵਿਸ਼ਵਾਸ ਰੱਖੋ, ਅਤੇ ਭਰਤੀਆਂ ਜਿਹੜੀਆਂ ਨੇ ਜ਼ਰੂਰ ਕੰਪਲੀਟ ਹੋਣਗੀਆਂ। ਅਤੇ ਥੈਂਕ ਯੂ ਜੀ ਵੀਡੀਓ ਨੂੰ ਵੇਖਣ ਦੇ ਲਈ, ਸ਼ੇਅਰ ਕਰ ਦਿਓ ਵੀਡੀਓ। ਥੈਂਕ ਯੂ ਜੀ।